नमस्कार, मैं हूं गुरलिंक और आप देख रहे हैं बीएस लाइव न्यूज। चलिए देखते हैं आज का समाचार। किसान संघर्ष मोर्चा भारत आज 6 फरवरी को पूरे भारत में चक्का जाम का ऐलान किया गया था। देश के सभी किसान मित्र बंधुओं की तरफ से इसका पूरा समर्थन किया गया। किसान मजदूर संगठनों की मदद एवं उनके मेंबर की तरफ से आज बटाला में चक्का जाम का पूरा संघर्ष किया गया। किसान जत्थेबादियों के आगू सर सतनाम सिंह पन्नू सर स्वर्ण सिंह जी की तरफ से शांतिपूर्ण ढंग से सफल करने के आदेश थे कि जरूरी सेवाओं जैसे कि अभियान स्कूल बस बहाल आज के रोज का मुख्य कारण किसानों के ऊपर दर्ज की गई FIR को रद्द करवाना और हमारे निर्दोष किसानों को लाल किले के मामले में बिना शर्त रिहा करना और जो किसान सभी तारीख को लापता हुए हैं उनकी सूची जारी करना है। बटाला शहर वासियों का शिक्षक का जाम में योगदान फॉर्मूला हमारी कमेटी धन्यवाद करती है। So, मैं गल करूंगा कि बार बार एको गल नूं याद नहीं करना चाहिए। जो हो गया उन्हें भुल जाना चाहिए है, तो जो भी अदन होया उसे भुल के आप अगे देखिए कि अगे की करना है। ठीक है, बार बार किसी झंडा चढ़ाता जो कुछ वो की होया क्योंकि वह निशान साहब सीगा साडा जिहड़ा उत्थे चढ़ा दिता गया। ठीक है, वह साडे विचों किसी ने जाके चढ़ाता उन्हें भुल के अगे निकलिए कि अगे की करना है। जे कार्रवाई करनी है तो अंबानी जिहड़ा है जां अज मोदी की लगता उस लाल किले का जिसे अज वो कार्रवाई करता, जो इन्हें कार्रवाई करनी सी अज डालमिया आके कार्रवाई किए जिन्हें वो लाल किला जीते है। मोदी उस लाल किले का की लगता जो अच्छ आके साडे नौजवानों के पत्ते कर रहे कल जाके जे 25 करोड़ के डालमिया खरीद सकता कि कल 25 करोड़ जाके किसान मजदूर जाके वो लाल किला नहीं खरीद सकते। अच्छ अं 1 करोड़ तो वह उसे पानी पी रहे हैं जो दिल्ली बैठे हैं। 25 करोड़ तो ज्यादा तो अभी पानी पी रहे दिल्ली जाके 25 करोड़ अगले 5 साल वास्ते लाल किला नहीं खरीद सकते कि डालमिया की जी ज्यादा पावर है कि अच्छ डालमिया लाल किला खरीद के आगे अल करनी है तो डालमी आके करे आके गल जिन्हें करनी। सो मैं उन्होंने बाजार मुका देने तू समझ जा दस्तारा तेरे सिर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ 6 ਫਰਵਰੀ ਦਾ ਜਿਹੜਾ ਦਿਨ ਨਿਸ਼ਚਿਤ ਕੀਤਾ ਗਿਆ ਸਾਡੇ ਸਾਰੀਆਂ ਜਥੇਬੰਦੀਆਂ ਨੂੰ ਹਦਾਇਤ ਹੋਈ ਹੈ ਸਾਨੂੰ ਕਿ ਅੱਜ ਆਪਾਂ 6 ਫਰਵਰੀ ਨੂੰ ਕਰਨਾ ਸਾਰੇ ਦੇਸ਼ ਦੇ ਵਿੱਚ। ਇਹਦਾ ਮੁੱਖ ਉਦੇਸ਼ ਇਹ ਜਿਹੜਾ 26 ਤਰੀਕ ਨੂੰ ਜਿਹੜੇ ਸਾਡੇ ਕਿਸਾਨਾਂ ਤੇ FIR ਕੀਤੇ ਗਏ ਜਾਂ ਜਿਹੜੇ ਸਾਡੇ ਕਿਸਾਨ ਅਜੇ ਵੀ ਮਿਸਿੰਗ ਚ ਜਿਨ੍ਹਾਂ ਬਾਰੇ ਸਾਨੂੰ ਵੇਰਵਾ ਨਹੀਂ ਦਿੱਤਾ ਜਾ ਰਿਹਾ ਆਪਾਂ ਉਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ। ਪਹਿਲਾਂ ਸਾਡੇ ਉਹ ਕਿਸਾਨ ਛੱਡੇ ਜਾਣ ਨਾਲੇ ਸਾਨੂੰ ਵੇਰਵਾ ਦਿੱਤਾ ਜਾਵੇ ਜਿਹੜੇ ਸਾਡੇ ਕਿਸਾਨ ਮਿਸ ਹੋਏ ਇਹਦੇ ਵਿੱਚ, ਉਸ ਤੋਂ ਬਾਅਦ ਤੁਹਾਡੇ ਨਾਲ ਟੇਬਲ ਤੇ ਗੱਲ ਕਰਾਂਗੇ। ਸੋ ਇਹ ਸਰਕਾਰ ਦੇ ਉੱਤੇ ਆਪਾਂ ਦਬਾਅ ਪਾਉਣ ਲਈ ਆਪਣਾ ਪ੍ਰਭਾਵ ਪਾਉਣ ਲਈ ਸਾਨੂੰ ਅੱਜ ਮਜਬੂਰਨ ਸਾਰੇ ਦੇਸ਼ ਦੇ ਵਿੱਚ ਚੱਕਾ ਜਾਮ ਕਰਨਾ ਪਿਆ। ਔਰ ਬਟਾਲੇ ਸ਼ਹਿਰ ਦੇ ਵਿੱਚ ਮੈਂ ਆਪਣੀ ਸਾਰੀ ਟੀਮ ਨਾਲ ਪਹੁੰਚਿਆ ਕਿਉਂਕਿ ਭੰਦੇਰ ਸਾਹਿਬ ਨੇ ਸਾਡੀ ਡਿਊਟੀ ਲਾਈ ਸੀ ਕਿ ਬਟਾਲਾ ਸ਼ਹਿਰ ਤੁਸੀਂ ਸਾਂਭੋ। ਸੋ ਬਟਾਲੇ ਤੋਂ ਸਾਰੀ ਟੀਮ ਤੇ ਬਟਾਲੇ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਪੂਰੀ ਪੂਰੀ ਸਪੋਰਟ ਕੀਤੀ ਆ। ਇਸ ਦੇ ਨਾਲ ਹੀ ਜਿਹੜਾ ਅਚਲ ਸਾਹਿਬ ਜੋਨ ਆ ਹਰਭਜਨ ਸਿੰਘ ਜੀ ਉਹ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੇਖੋ ਇਹ ਲੜਾਈ ਸਾਰਿਆਂ ਦੀ ਹੈ, ਇਕੱਲਾ ਮੇਰੀ ਲੜਾਈ ਨਹੀਂ ਜਾਂ ਮੇਰੇ ਘਰ ਦਾ ਪ੍ਰੋਗਰਾਮ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਫੋਨ ਕਰਾਂ ਤੇ ਫੇਰ ਉਹ ਪਹੁੰਚੇ। ਗਾਂਹ ਤੂੰ ਵੀ ਜਦੋਂ ਅਸੀਂ ਫੇਸਬੁੱਕ 'ਚ ਕੁਛ ਪਾਉਂਦੇ ਹਾਂ ਕੁਛ ਮੈਸੇਜ ਦਿੰਦੇ ਹਾਂ ਤੇ ਕਿਰਪਾ ਕਰਕੇ ਬੇਨਤੀ ਹੈ ਮੇਰੇ ਸਾਰੇ ਸੱਜਣਾ ਮਿੱਤਰਾਂ ਨੂੰ ਕਿ ਬਿਨਾਂ ਫੋਨ ਕੀਤੇ ਆਪਣੇ ਆਪ ਉਸ ਟਾਈਮ ਤੇ ਪਹੁੰਚੋ ਤਾਂ ਕਿ ਇਸ ਲੜਾਈ ਨੂੰ ਅਸੀਂ ਨੇਪਰੇ ਚਾੜ ਸਕੀਏ। ਇਹ 29 ਤਰੀਕ ਨੂੰ ਸਾਡਾ ਇੱਕ ਕਿਸਾਨ ਸੀ, ਸਾਡੇ ਗੁਰਸਿੱਖ ਕਿਸਾਨ ਦੇ ਉੱਤੇ ਦਿੱਲੀ ਪੁਲਿਸ ਨੇ ਬਹੁਤ ਲਾਠੀਚਾਰਜ ਕੀਤਾ। ਚਲੋ ਲਾਠੀਚਾਰਜ ਜਿਹੜਾ ਤੁਸੀਂ ਕੀਤਾ ਠੀਕ ਹੈ ਕੀਤਾ, ਉਸ ਤੋਂ ਬਾਅਦ ਤੁਸੀਂ ਦੇਸ਼ ਦਰੋਹੀ ਦਾ ਪਰਚਾ ਉਸ ਤੇ ਕਰਕੇ ਉਸਨੂੰ ਅੰਦਰ ਕਰ ਰਹੇ ਹੋ। ਸੋ ਇਹ ਕਿੱਧਰ ਦਾ ਨਿਆਏ? ਸੋ ਇਹ ਲੜਾਈ ਜਿਹੜੀ ਆ ਗਲਤ ਪਾਸੇ ਖੜ ਰਹੇ ਆ ਸਾਡੇ, ਅਸੀਂ ਪੀਸਫੁਲ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਹਾਂ। ਹੁਣ ਆਲ ਓਵਰ ਵਰਲਡ ਤੋਂ ਸਾਨੂੰ ਪੂਰਾ ਪੂਰਾ ਸਪੋਰਟ ਆਉਣਾ ਸ਼ੁਰੂ ਹੋ ਗਿਆ ਤੇ ਜੇ ਹੁਣ ਬਾਹਰ ਦੀ ਕੰਟਰੀ ਵਾਲੇ ਸਾਡੀ ਸਪੋਰਟ ਕਰ ਰਹੇ ਨੇ ਤੇ ਸਾਡੇ ਦੇਸ਼ ਵਾਲੇ ਕਹਿ ਰਹੇ ਨੇ ਕਿ ਕਿਉਂ ਸਪੋਰਟ ਕਰ ਰਹੇ, ਇਹਦਾ ਮਤਲਬ ਕਿਸਾਨੀ ਨੂੰ ਕੋਈ ਸਪੋਰਟ ਹੀ ਨਾ ਕਰੇ। ਸੋ ਇਹ ਸਾਡੀ ਲੜਾਈ ਆ, ਇਹਦੇ ਵਿੱਚ ਸਾਰਿਆਂ ਦਾ ਯੋਗਦਾਨ ਬਣਦਾ, ਹਰ ਵਰਗ ਦਾ ਯੋਗਦਾਨ ਬਣਦਾ ਔਰ ਅਸੀਂ ਧੰਨਵਾਦੀ ਹਾਂ। ਅਸੀਂ ਲਗਾਤਾਰ ਸਿੰਘੂ ਬਾਰਡਰ ਤੇ ਆਪਣੀ ਸੇਵਾਵਾਂ ਨਿਭਾ ਰਹੇ ਹਾਂ ਆਪਣੀ ਟੀਮ ਬਟਾਲੇ ਟੀਮ ਦੇ ਨਾਲ, ਅਸੀਂ ਧੰਨਵਾਦੀ ਹਾਂ ਸਾਰਿਆਂ ਜਿਹੜਾ ਸਾਨੂੰ ਸਪੋਰਟ ਕਰ ਰਹੇ ਹਾਂ। ਬਾਕੀ ਅਸੀਂ ਗਾਂ ਵੀ ਆਪਣਾ ਪ੍ਰਦਰਸ਼ਨ ਜਿਹੜਾ ਇਸ ਤਰ੍ਹਾਂ ਜਾਰੀ ਰੱਖਾਂਗੇ ਪੀਸਫੁਲ ਤਰੀਕੇ ਨਾਲ, ਜਿੰਨੇ ਚਿਰ ਤੱਕ ਅਸੀਂ ਆਪਣਾ ਇਹਨਾਂ ਮੰਗਾਂ ਨੂੰ ਮੰਗ ਨਹੀਂ ਮਨਵਾ ਨਹੀਂ ਲੈਂਦੇ। ਤੇ ਨਾਲੇ ਜਿਹੜਾ ਅਗਲਾ ਸਾਡਾ ਪ੍ਰੋਗਰਾਮ ਹੈ ਕਿ ਜਿਹੜਾ ਸਾਡਾ ਸਟਰਕਚਰ ਹੈ ਕਿਸਾਨੀ ਦਾ, ਅਸੀਂ ਇੱਕ ਨਵਾਂ ਸਟਰਕਚਰ ਤਿਆਰ ਕਰਕੇ ਸਰਕਾਰਾਂ ਨੂੰ ਦੇਣਾ ਤਾਂ ਕਿ ਸਾਡੇ ਕਿਸਾਨਾਂ ਦੇ ਹਾਲਾਤ ਸੁਧਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਵੀਰ ਗੁਰਦਿਆਲ ਸਿੰਘ ਜੀ ਅਮੋਨ ਅੰਗਲ ਸਿੰਘ ਜੀ ਰੰਗਣ ਮੰਗਲ, ਮੇਰੇ ਵੀਰੋ ਵੀ ਆਵਾਜ਼ ਨੂੰ ਸੁਣਦੇ ਹੋਣ ਤੇ ਸਟੇਜ ਤੇ ਹੋਣ। ਪਰ ਕੁਝ ਲੋਕ
जेल हो जाना ऐदा हो जाना एहो जी कोई गल नहीं। असीं खुद दो बार दिल्ली जिहड़े आ 15-15 दिन ला के आए की कर रहे जे उत्थे ਮੁੰਡੇ ਨੌਜਵਾਨਾਂ ਜਾਂ ਬਜ਼ੁਰਗਾਂ ਦੀ ਇੱਕ ਗੱਲ ਹੀ ਸੁਣੀ 26 ਤਰੀਕ ਨੂੰ ਗੋਦੀ ਮੀਡੀਆ ਸੁਣ ਕੇ ਤੇ ਫਿਰ ਉਧਰ ਨੂੰ ਤੁਰ ਪਏ ਕੇ ਸੰਘਰਸ਼ ਤੇ ਫੇਰ ਹੋ ਗਿਆ ਜਾਂ ਸੰਘਰਸ਼ ਨੂੰ ਆ ਵਾਹਿਗੁਰੂ ਜੀ ਜਿਵੇਂ ਕਿ ਵੀਰੋ ਤੁਹਾਨੂੰ ਪਤਾ ਹੀ ਆ ਕਿ ਅਸੀਂ ਅੱਜ ਸਾਰੇ ਹੀ ਇੰਡੀਆ ਦੇ ਰੋਡ ਜਾਮ ਕਰਨ ਦੇ ਸੰਬੰਧ ਵਿੱਚ ਇਕੱਠੇ ਹੋਏ ਆ। ਅਸੀਂ ਵੀ ਅੱਜ ਸਾਡੀ ਜਥੇਬੰਦੀ ਵੱਲੋਂ ਸਾਨੂੰ ਕਾਲ ਆਈ ਸੀਗੀ ਤੁਸੀਂ ਬਟਾਲੇ ਦੇ ਜਿੰਨੀਆਂ ਵੀ ਮੇਨ ਰੋਡ ਨੇ ਜਿੱਦਾਂ ਬਾਈਪਾਸ ਚੌਂਕ ਹੋ ਗਏ ਤੇ ਕਾਦੀਆਂ ਚੁੰਗੀ ਹੋ ਗਈ ਸਾਰੇ ਵੀ ਇਸ ਤਰ੍ਹਾਂ ਅਸੀਂ ਸਾਰੇ ਵੀਰ ਇੱਥੇ ਆ ਕੇ ਤੇ ਚੌਂਕ ਹਰ ਚੌਂਕ ਜਿਹੜਾ ਆਪਾਂ ਜਾਮ ਕੀਤਾ ਹੋਇਆ ਆ ਸਾਡੇ ਇਹਨਾਂ ਅੰਦੋਲਨ ਦੇ ਨਾਲ ਦੇਖੋ ਕਿੰਨਾ ਭਰਵਾਂ ਹੰਗਾਰਾ ਮਿਲ ਰਿਹਾ ਸਾਨੂੰ। ਅਸੀਂ ਵੀ ਅੱਜ ਆ ਕੇ SSP ਦਫ਼ਤਰ ਦੇ ਅੱਗੇ ਆਣ ਕੇ ਧਰਨਾ ਲਾਇਆ ਆ। ਤੁਸੀਂ ਵੇਖ ਸਕਦੇ ਹੋ ਮੇਰੇ ਵੀਰ ਕਿੰਨੇ ਪਿੱਛੇ ਤੱਕ ਸਾਰੇ ਵੀਰ ਮੇਰੇ ਬੈਠੇ ਹੋਏ ਨੇ, ਸਟੇਜ ਲੱਗੀ ਹੋਈ ਆ ਤੇ ਇਦਾਂ ਹੀ ਜਿੱਦਾਂ ਸਾਡੀ ਕਾਲ ਆਈ ਸੀ ਇਦਾਂ ਹੀ ਸਾਰਾ ਬਟਾਲੇ ਦੇ ਸਾਰੇ ਰੋਡ ਜਾਮ ਕੀਤੇ ਹੋਏ ਨੇ। ਇਸੇ ਤਰ੍ਹਾਂ ਹੀ ਸਾਨੂੰ ਹੋਰ ਵੀ ਕਾਲਾਂ ਆ ਰਹੀਆਂ ਨੇ ਜਿੱਥੇ ਇੱਥੇ ਹਰ ਸ਼ਹਿਰ ਹਰ ਰੋਡ ਜਾਮ ਆ, ਇੱਥੋਂ ਤੱਕ ਕਿ ਇੰਡੀਆ ਦੇ ਕੁਝ ਸਟੇਜਾਂ ਤੋਂ ਇੱਕ ਛੱਡ ਕੇ ਬਾਕੀ ਸਾਰੀਆਂ ਸਟੇਜਾਂ ਦੇ ਰੋਡ ਇਦਾਂ ਹੀ ਜਾਮ ਨੇ ਤੇ ਬਾਕੀ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਭਰਵਾਂ ਹੰਗਾਰਾ ਮਿਲ ਰਿਹਾ ਆ। ਮੈਂ ਤੇ ਇਹੋ ਹੀ ਆਸ ਕਰਦਾ ਕਿ ਸਾਡੇ ਵੀਰਾਂ ਨੂੰ ਇਸੇ ਤਰ੍ਹਾਂ ਗਾਹ ਤੋਂ ਹੰਗਾਰਾ ਮਿਲਦਾ ਰਹੇ ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਿੰਡ ਪਿੰਡ ਤੋਂ ਇਸ ਤਰ੍ਹਾਂ ਹੀ ਵਾਰੀ ਲਾ ਦੋ ਵੀ ਤੁਸੀਂ ਆਪਣੇ ਪਿੰਡ ਤੋਂ ਜਿੱਦਾਂ 10 ਬੰਦੇ ਹਰ ਹਫ਼ਤੇ ਬਾਅਦ ਉੱਥੇ ਜਾਣ ਤੇ ਦੂਸਰੇ 10 ਆ ਜਾਇਆ ਕਰਨ ਤੇ ਦੂਸਰੇ ਜਾਣ ਦੂਸਰੇ ਆ ਜਾਇਆ ਕਰਨ। ਜਿਹੜੇ ਵੀਰਾਂ ਨੇ ਤੇ ਬਹੁਤ ਜ਼ਿਆਦਾ ਪਿੰਡਾਂ ਨੇ ਤੇ ਲਾਤੀਆਂ ਨੇ ਡਿਊਟੀਆਂ ਪਰ ਜਿਹੜੇ ਬਾਕੀ ਬਚਦੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਮੇਰੇ ਵੀਰ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲਣ ਤੇ ਇਹ ਕਿਸੇ ਇੱਕ ਦਾ ਨਿਗਾ ਮੋਰਚਾ ਵੀ ਆਪਾਂ ਇੱਕ ਦੇ ਸਿਰ ਤੇ ਛੱਡ ਲਈਏ, ਇਕੱਲੇ ਕਿਸਾਨ ਦਾ ਨਿਗਾ ਹਰ ਮਜ਼ਦੂਰ ਦਾ ਦੁਕਾਨਦਾਰ ਦਾ ਹਰ ਬੰਦੇ ਦਾ ਮੋਰਚਾ ਹੈ। ਮੈਂ ਤੇ ਇਹੋ ਹੀ ਸਾਰਿਆਂ ਨੂੰ ਅਪੀਲ ਕਰਦਾ ਬਾਰ ਬਾਰ ਸਾਰੇ ਬੰਦੇ ਕੋਈ 5-7 ਦਿਨ ਕੱਢਿਆ ਕਰੋ ਮੇਰੇ ਵੀਰ ਤੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸੰਘਰਸ਼ ਹੈ ਜਾਰੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। आज के समाचार में इतना ही, फिर मुलाकात होगी अगले समाचार के साथ। देखते रहिए BS Live News।